اشهد ان لا اله الا الله وحده لا شريك له واشهد ان محمدا عبده ورسوله اما بعد فاعوذ بالله من الشيطان الرجيم بسم الله الرحمن الرحيم ਅੱਜ 23 ਮਾਰਚ ਦੀ ਤਾਰੀਖ 'ਤੇ ਜਮਾਤ ਅਹਿਮਦੀਆ ਦੀ ਨੀਂਹ ਬੁਨਿਆਦ ਰੱਖੀ ਗਈ ਸੀ ਲੁਧਿਆਣਾ ਸ਼ਹਿਰ ਦੇ ਅੰਦਰ ਔਰ ਹਜ਼ਰਤ ਮਿਰਜ਼ਾ ਸਾਹਿਬ ਨੂੰ ਅੱਲਾਹ ਤਾਲਾ ਨੇ ਇਜਾਜ਼ਤ ਦਿੱਤੀ ਹੁਕਮ ਫਰਮਾਇਆ ਕਿ ਅੱਜ ਦੇ ਦਿਨ ਤੁਸੀਂ ਉਹ ਲੋਕਾਂ ਨੂੰ ਜਿਹੜੇ ਤੁਹਾਨੂੰ ਸੱਚਾ ਸਮਝਦੇ ਨੇ ਜਿਹੜੇ ਇੱਕ ਖੁਦਾ 'ਤੇ ਮਾਲ ਲਿਆਉਂਦੇ ਨੇ ਜਿਹੜੇ ਅੱਛੀ ਆਦਤਾਂ ਨੇ ਜਿਹੜਿਆਂ ਦੇ ਅੰਦਰ ਨੇਕ ਅਮਾਲ ਦੀ ਸ਼ੌਕ ਖਾਹਿਸ਼ ਹੈ ਉਹਨਾਂ 'ਤੇ ਬੈਤ ਲਓ ਜੇ ਅੱਜ ਦੀ ਤਾਰੀਖ ਵਿੱਚ 23 ਮਾਰਚ 1899 ਨੂੰ ਹਜ਼ਰਤ ਮਿਰਜ਼ਾ ਸਾਹਿਬ ਨੇ ਲੁਧਿਆਣਾ ਸ਼ਹਿਰ ਦੇ ਅੰਦਰ ਇਹ ਬੈਤ ਦਿੱਤੀ ਔਰ ਜੈਸਾ ਮੈਂ ਤੁਹਾਨੂੰ ਦੱਸਿਆ ਇਹ ਬਹੁਤ ਹੀ ਅਹਿਮ ਦਿਨ ਹੈ ਜਮਾਤ ਦੀ ਤਾਰੀਖ ਵਿੱਚ ਅਸੀਂ ਬਚਪਨ ਵਿੱਚ ਇੱਕ ਖੇਡ ਖੇਡਿਆ ਕਰਦੇ ਸਾਂ ਜਿੱਥੇ ਮੁਖਤਲਿਫ ਘਰ ਬਣਦੇ ਨੇ ਇਮਾਰਤਾਂ ਬਣਨੀਆਂ ਨੇ ਉੱਥੇ ਇੱਟਾਂ ਦੇ ਢੇਰ ਲੱਗ ਜਾਂਦੇ ਨੇ ਅਤੇ ਬਚਪਨ ਵਿੱਚ ਇੱਦਾਂ ਇੱਟ ਖੜੀ ਕਰ ਦਿੱਤੀ ਥੋੜ੍ਹੇ ਫਾਸਲੇ 'ਤੇ ਇੱਕ ਹੋਰ ਇੱਟ ਖੜੀ ਕਰ ਦਿੱਤੀ ਥੋੜ੍ਹੇ ਫਾਸਲੇ 'ਤੇ ਇੱਕ ਹੋਰ ਇੱਟ ਖੜੀ ਦਿੱਤੀ ਸੈਂਕੜਾਂ ਇੱਟਾਂ ਖੜੀ ਕਰ ਦਿੱਤੀਆਂ ਛੋਟੀ ਉਮਰ ਹੁੰਦੀ ਸੀ 7-8 ਸਾਲ ਦੀ ਅਤੇ ਉਹਦੇ ਬਾਅਦ ਪਹਿਲੀ ਇੱਟ ਜਿਹੜੀ ਰੱਖੀ ਸੀ ਉਹਨੂੰ ਥੋੜ੍ਹਾ ਜਿਹਾ ਹਾਲ ਹਿਲਾ ਦੇਣਾ ਉਹਨੇ ਟੱਕਰ ਮਾਰਨੀ ਅਗਲੀ ਨੂੰ ਉਹਨੇ ਟੱਕਰ ਮਾਰਨੀ ਅਗਲੀ ਨੂੰ ਅਤੇ ਥੋੜ੍ਹੇ ਅਰਸੇ ਦੇ ਅੰਦਰ ਉਹ ਸੈਂਕੜਾਂ ਇੱਟਾਂ ਵੀ ਜਿਹੜੀਆਂ ਨੇ ਉਹ ਗਿਰ ਜਾਂਦੀਆਂ ਸਨ ਬੱਚਿਆਂ ਦੀ ਖੇਡ ਸੀ ਲੇਕਿਨ ਇਸ ਖੇਡ ਦੇ ਅੰਦਰ ਸਬਕ ਬਹੁਤ ਵੱਡਾ ਹੈ ਇਸਲਾਮ ਦੇ ਬਾਨੀ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਨੇ ਆਪਣੀ ਜ਼ਿੰਦਗੀ ਵਿੱਚ ਉਹਦੇ ਬੜੇ ਹੱਜ ਕੀਤੇ ਲੇਕਿਨ ਨਬੂਤ ਦੇ ਦਾਅਵੇ ਦੇ ਬਾਅਦ ਆਪ ਦਾ ਆਖਰੀ ਹੱਜ ਸੀ ਜਿਹਨੂੰ ਹਜਤੁਲ ਵਿਦਾ ਕਿਹਾ ਜਾਂਦਾ ਹੈ ਕਿ ਉਹਦੇ ਬਾਅਦ ਆਪਦੀ ਵਿਦਾਈ ਹੋ ਗਈ ਇਸ ਦੁਹਾਨ ਤੋਂ ਚਲੇ ਗਏ ਉਸ ਤਕਰੀਰ ਦੇ ਅੰਦਰ ਲੱਖਾਂ ਆਦਮੀ ਅੱਜ ਕੱਲ੍ਹ ਤਾਂ 30-40 ਲੱਖ ਜਮ੍ਹਾਂ ਹੋ ਜਾਂਦਾ ਉਸ ਵੇਲੇ ਵੀ ਅਰਬ ਦੇ ਅੰਦਰ ਰਿਵਾਜ਼ ਸੀ ਸਾਰੇ ਅਰਬ ਤੋਂ ਲੋਕ ਆਉਂਦੇ ਸਨ ਚਾਚੇ ਆਪਣੇ ਇੱਕ ਪੈਗਾਮ ਦਿੱਤਾ ਪੈਗਾਮ ਇਹ ਦਿੱਤਾ ਕਿ ਇਹ ਲੋਕੋ ਇਸ ਜਗ੍ਹਾ ਤੁਸੀਂ ਜਿਹੜੇ ਜਮ੍ਹਾਂ ਹੋਏ ਹੋ ਮੇਰੀ ਇੱਕ ਗੱਲ ਯਾਦ ਰੱਖਣਾ ਤੁਹਾਡਾ ਰੱਬ ਇੱਕ ਜਿਸ ਜ਼ਰੀਏ ਨਾਲ ਦੁਨੀਆ ਪੈਦਾ ਹੋਈ ਆਦਮ ਉਹਦੀ ਨਸਲ ਤੁਹਾਡਾ ਬਾਪ ਇੱਕ ਕੋਈ ਵੱਡਾ ਛੋਟਾ ਨਹੀਂ ਨਾ ਕਾਲਾ ਜਿਹੜਾ ਹੈ ਉਹ ਨਫ਼ਰਤ ਕਰਨ ਦੇ ਕਾਬਿਲ ਹੈ ਅਤੇ ਗੋਰਾ ਬੜਾ ਅੱਛਾ ਹੈ ਨਾ ਮਸ਼ਰਕ ਦਾ ਰਹਿਣ ਵਾਲਾ ਵੱਡਾ ਹੈ ਅਤੇ ਨਾ ਮਗਰਬ ਦਾ ਰਹਿਣ ਵਾਲਾ ਜਿਹੜਾ ਹੈ ਉਹ ਘਟੀਆ ਹੈ ਸਾਰੇ ਇੱਕੋ ਬਾਪ ਦੀ ਔਲਾਦ ਔਰ ਇਸ ਚੀਜ਼ ਨੂੰ ਤੁਸੀਂ ਯਾਦ ਰੱਖਣਾ ਹੈ ਨਫ਼ਰਤ ਉਸ ਜਗ੍ਹਾ ਪੈਦਾ ਹੁੰਦੀ ਹੈ ਜਦਕਿ ਆਦਮੀ ਸਮਝਦਾ ਹੈ ਕਿ ਮੈਂ ਕੁਛ ਹਾਂ ਅਤੇ ਮੇਰੇ ਭਾਈ ਦੇ ਅੰਦਰ ਖੂਬੀਆਂ ਨਹੀਂ ਹੈ ਲੇਕਿਨ ਜਦ ਉਹਦੇ ਅੰਦਰ ਇਹ ਅਹਿਸਾਸ ਪੈਦਾ ਹੋ ਜਾਏ ਕਿ ਮੇਰੇ ਭਾਈ ਦੇ ਅੰਦਰ ਵੀ ਬਹੁਤ ਸਾਰੀਆਂ ਐਸੀ ਖੂਬੀਆਂ ਹੋਣਗੀਆਂ ਜਿਹੜੀ ਮੇਰੇ ਅੰਦਰ ਨਹੀਂ ਹੈ ਅਤੇ ਫਿਰ ਉਹ ਕਦੀ ਵੀ ਉਹਦੀ ਨਿੰਦਾ ਨਹੀਂ ਕਰ ਸਕਦਾ ਉਹਨੂੰ ਬੁਰਾ ਭਲਾ ਨਹੀਂ ਕਹਿ ਸਕਦਾ ਇਹ ਬੜਾ ਜ਼ਬਰਦਸਤ ਮਜ਼ਮੂਨ ਸੀ ਜਿਹੜਾ ਕਿਆਮਤ ਤੱਕ
ਇਨਸਾਨੀ ਨਸਲ ਲਈ ਬੜਾ ਜ਼ਬਰਦਸਤ ਸਬਕ ਹੈ। ਕੋਈ ਇੱਕ ਦੂਜੇ ਤੋਂ ਵੱਡਾ ਨਹੀਂ। ਵੱਡਾ ਕੌਣ ਹੈ? ਜਿਹੜਾ ਪਰਮਾਤਮਾ ਤੋਂ ਡਰਨ ਵਾਲਾ ਹੈ। ਵੱਡਾ ਕੌਣ ਹੈ? ਜਿਹੜੀ ਪਰਮਾਤਮਾ ਦੀ ਜੀ ਮਖਲੂਕ ਹੈ ਉਹਦੇ ਨਾਲ ਮੁਹੱਬਤ ਔਰ ਪਿਆਰ ਕਰਨ ਵਾਲਾ ਹੈ, ਉਹਦੀ ਖਿਦਮਤ ਕਰਨ ਵਾਲਾ ਹੈ। ਕੋਈ ਜਾਤ ਪਾਤ ਨਹੀਂ, ਬਲਕਿ ਆਪਣੇ ਫਰਮਾਇਆ ਅੱਜ ਅਸੀਂ ਜਾਤ ਪਾਤ ਸਾਰਿਆਂ ਨੂੰ ਆਪਣੇ ਕਦਮਾਂ ਦੇ ਥੱਲੇ ਕੁਚਲ ਰਹੇ ਹਾਂ। ਆਇੰਦਾ ਤਾਂ ਕੋਈ ਚੀਜ਼ ਇਸ ਦੁਨੀਆ ਦੇ ਅੰਦਰ ਨਹੀਂ ਹੋਣੀ ਚਾਹੀਦੀ। ਅਤੇ ਫਿਰ ਜਿਹੜੀ ਆਖਿਰ ਤੋਂ ਨਸੀਹਤ ਕੀਤੀ ਉਹੀ ਮੇਰਾ ਮਕਸਦ ਹੈ ਬਿਆਨ ਕਰਨ ਦਾ। ਆਪਣੇ ਫਰਮਾਇਆ ਮੈਂ ਤੁਹਾਡੇ ਸਾਹਮਣੇ ਜੋ ਕੁਛ ਬਿਆਨ ਕੀਤਾ ਹੈ ਸਾਰੀ ਦੁਨੀਆ ਦੇ ਲੋਕ ਇੱਥੇ ਮੌਜੂਦ ਨਹੀਂ। ਮੇਰੀ ਤੁਹਾਡੇ ਨਾਲ ਖਾਹਿਸ਼ ਹੈ, ਬੇਨਤੀ ਹੈ ਕਿ ਜਿਹੜਾ ਇੱਥੇ ਮੌਜੂਦ ਹੈ ਉਹ ਘਰ ਜਾ ਕੇ ਉਹਨੂੰ ਜਿਹੜਾ ਇੱਥੇ ਮੌਜੂਦ ਨਹੀਂ ਹੈ ਅੱਜ ਉਹਨੂੰ ਮੇਰਾ ਇਹ ਪੈਗਾਮ ਪਹੁੰਚਾ ਦੇ। ਹੁਣ ਇੱਥੇ ਕੋਈ ਜ਼ਿਆਦਾ ਆਬਾਦੀ 'ਤੇ ਨਹੀਂ ਬੈਠੇ ਅਸੀਂ ਜਿਹੜੇ ਬੈਠੇ ਹਾਂ ਇਸ ਜਗ੍ਹਾ ਜਲਸੇ 'ਤੇ, ਲੇਕਿਨ ਮੈਂ ਇੱਟਾਂ ਦੇ ਖੇਲ ਦੀ ਮਿਸਾਲ ਦਿੱਤੀ ਸੀ ਤੁਹਾਨੂੰ। ਅਗਰ ਸਾਡੇ ਸਾਰੇ ਜਿਹੜੇ ਇੱਥੇ ਬੈਠੇ ਨੇ ਉਹ ਆਪਣੇ ਘਰਾਂ 'ਚ ਜਾ ਕੇ, ਆਪਣੇ ਪਿੰਡਾਂ 'ਚ ਜਾ ਕੇ, ਆਪਣੇ ਇਲਾਕੇ 'ਚ ਜਾ ਕੇ ਉਹ ਪੈਗਾਮ ਪਿਆਰ ਮੁਹੱਬਤ ਦਾ, ਇਤਫਾਕ ਦਾ, ਭਾਈਚਾਰੇ ਦਾ ਅੱਗੇ ਬਿਆਨ ਕਰਨਗੇ, ਔਰ ਅੱਗੇ ਉਹਨਾਂ ਨੂੰ ਖਾਹਿਸ਼ ਕਰ ਦੇਣਗੇ ਕਿ ਤੁਸੀਂ ਵੀ ਅਗਲਾ ਪੈਗਾਮ ਹੋਰ ਅੱਗੇ ਲੋਕਾਂ ਨੂੰ ਪਹੁੰਚਾਓ। ਤਾਂ ਅਗਰ 100 ਆਦਮੀ ਇੱਥੇ ਮੌਜੂਦ ਹੈ ਤਾਂ ਉਹ ਅੱਗੇ 100, 500, 1000 ਨੂੰ ਪੈਗਾਮ ਪਹੁੰਚਾ ਦੇਗਾ, ਉਹ ਅੱਗੇ ਉਹੀ ਪੈਗਾਮ ਅੱਗੇ ਹਜ਼ਾਰਾਂ ਨੂੰ ਪਹੁੰਚਾ ਦੇਣਗੇ। ਇੱਦਾਂ ਦੁਨੀਆ ਦੀ ਆਬਾਦੀ ਤੱਕ ਇਹ ਪੈਗਾਮ ਪਹੁੰਚਦਾ ਚਲਾ ਜਾਏਗਾ। ਇਹ ਇਨਸਾਨੀ ਫਿਤਰਤ ਹੈ। ਜਾਨਵਰਾਂ ਵਿੱਚ ਤੁਸੀਂ ਦੇਖ ਲਓ, ਬੰਦਿਆਂ ਦੇ ਅੰਦਰ ਤੁਸੀਂ ਦੇਖ ਲਓ, ਕਿਸੇ ਦਾ ਖਿਆਲ ਰੱਖੋਗੇ? ਕਿਸੇ ਨੂੰ ਭੁੱਖ ਲੱਗੀ ਹੋਈ ਹੈ ਤਾਂ ਉਹਦੀ ਭੁੱਖ ਦੂਰ ਕਰੋਗੇ, ਕਿਸੇ ਨੂੰ ਪਿਆਸ ਲੱਗੀ ਹੋਈ ਹੈ ਉਹਦੀ ਪਿਆਸ ਦੂਰ ਕਰੋਗੇ, ਕਿਸੇ ਨੂੰ ਸਰ ਛੁਪਾਉਣ ਦੀ ਜਗ੍ਹਾ ਨਹੀਂ, ਬਾਰਿਸ਼ ਆ ਰਹੀ ਹੈ ਤੇਜ਼, ਉਹਨੂੰ ਜਗ੍ਹਾ ਦੇ ਦਿਓਗੇ, ਪਨਾਹ ਦੇ ਦਿਓਗੇ, ਅਤੇ ਉਹ ਤੁਹਾਡਾ ਅਹਿਸਾਨ ਨੂੰ ਯਾਦ ਰੱਖਦਾ। ਕਹਾਵਤਾਂ ਹੁੰਦੀਆਂ ਨੇ, ਲੇਕਿਨ ਕਹਾਵਤਾਂ ਦੇ ਅੰਦਰ ਬੜੀ ਸੱਚੀ ਬਾਤ ਬਿਆਨ ਕੀਤੀ ਜਾਂਦੀ ਹੈ। ਕਹਿੰਦੇ ਨੇ ਇੱਕ ਮੁਸਾਫਿਰ ਜਾ ਰਿਹਾ ਸੀ, ਰਾਤ ਦਾ ਵੇਲਾ ਹੋ ਗਿਆ, ਜੰਗਲ ਦਾ ਇਲਾਕਾ ਸੀ, ਉਸਨੇ ਦੇਖਿਆ ਕਿ ਅੱਗੇ ਸ਼ੇਰ ਬੈਠਾ ਹੋਇਆ, ਇਕੱਲਾ ਆਦਮੀ, ਨਾ ਕੋਈ ਹਥਿਆਰ ਵੀ ਕੋਈ ਨਹੀਂ, ਆਪਣੀ ਜਾਨ ਵੀ ਨਹੀਂ ਬਚਾ ਸਕਦਾ। ਬੜਾ ਖੌਫ ਪੈਦਾ ਹੋ ਗਿਆ ਕਿ ਹੁਣ ਤਾਂ ਮੇਰੀ ਜਾਨ ਗਈ, ਲੇਕਿਨ ਪਹੁੰਚਣਾ ਵੀ ਜ਼ਰੂਰੀ ਸੀ ਆਪਣੇ ਘਰ ਨੂੰ। ਉਹ ਸ਼ੇਰ ਦੇ ਕੋਲ ਉਧਰਿਆ, ਉਹਦੇ ਕੋਲ ਪਹੁੰਚਿਆ ਅਤੇ ਸ਼ੇਰ ਨੇ ਜਿਹੜੀ ਪਿਆਰ ਦੀ ਅਲਾਮਤ ਸੀ ਉਹ ਆਪਣੇ ਦੁਮ ਦੁਮ ਹਿਲਾਉਣੀ ਸ਼ੁਰੂ ਕੀਤੀ, ਕੁਝ ਨਹੀਂ ਕਿਹਾ। ਅਤੇ ਕਹਾਵਤ ਹੈ ਕਹਿੰਦੀ ਹੈ ਕਿਉਂ ਨਹੀਂ ਕਿਹਾ, ਇਸ ਲਈ ਕਿ ਕੁਛ ਅਰਸਾ ਪਹਿਲੇ ਜੰਗਲ ਵਿੱਚ ਇੱਕ ਜ਼ਹਿਰੀਲਾ ਕੰਡਾ ਕੱਟ ਗਿਆ ਸੀ ਸ਼ੇਰ ਨੂੰ, ਅਤੇ ਤੜਪਦਾ ਸੀ। ਉਸ ਵੇਲੇ ਇਹੀ ਮੁਸਾਫਿਰ ਉੱਥੋਂ ਗੁਜ਼ਰਿਆ ਸੀ, ਇਹਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ, ਠਹਿਰ ਗਿਆ, ਉਹਦੇ ਪੰਜੇ ਨੂੰ ਫੜਿਆ, ਬੜੀ ਦੇਰ ਕਰਕੇ ਉਹਦੇ ਪੰਜੇ ਤੋਂ ਜ਼ਹਿਰੀਲਾ ਕੰਡਾ ਕੱਢਿਆ, ਜਿਹਦੇ ਨਤੀਜੇ 'ਚ ਉਹਨੂੰ ਸਕੂਨ ਮਿਲ ਗਿਆ, ਆਰਾਮ ਮਿਲ ਗਿਆ। ਅਤੇ ਖੂਖਾਰ ਜਾਨਵਰ ਵੀ ਇਨਸਾਨ ਨੂੰ ਭੁੱਲਦਾ ਨਹੀਂ। ਅਤੇ ਸਾਨੂੰ ਹਮੇਸ਼ਾ ਇਹ ਸਬਕ ਯਾਦ ਰੱਖਣਾ ਚਾਹੀਦਾ ਹੈ ਕਿ ਮੁਹੱਬਤ ਮੁਹੱਬਤ ਨੂੰ ਖਿੱਚਦੀ ਹੈ, ਨਫ਼ਰਤ ਦੇ ਨਤੀਜੇ 'ਚ ਅਸੀਂ ਇੱਕ ਦੂਜੇ ਤੋਂ ਦੂਰ ਹੋ ਜਾਂਦੇ ਹਾਂ। ਕਈ ਚੀਜ਼ਾਂ ਤਾਂ ਇਸ ਲਈ ਇੱਕ ਦੂਜੇ ਤੋਂ ਦੂਰ ਕਰ ਦਿੰਦੀਆਂ ਨੇ, ਸਾਨੂੰ ਮਤਲਬ ਹੀ ਨਹੀਂ ਆਉਂਦਾ। ਹਿਸਟਰੀ 'ਚ ਆਉਂਦਾ ਹੈ ਕਿ ਮੁਖਤਲਿਫ ਮਜ਼ਹਬਾਂ ਦੀ ਲੜਾਈ ਸਿਰਫ ਇਸ ਲਈ ਹੋਈ ਕਿ ਉਹ ਜਿਹੜਾ ਬੋਲਦੇ ਸਨ, ਤਕਰੀਰ ਕਰਦੇ ਸਨ, ਉਹਦੇ ਸਮਝ ਨਹੀਂ ਆਉਂਦੀ ਸੀ ਕੀ ਕਹਿ ਰਹੇ ਨੇ। ਮੁਸਲਮਾਨ ਹਰ ਨਮਾਜ਼ ਤੋਂ ਪਹਿਲੇ ਬਾਂਗ ਦਿੰਦਾ ਹੈ,
لیکن بدقسمتی دے نال پاکستان دے اندر جماعت احمدیہ نو بانگ دین دی اجازت نہیں ہے. لیکن بانگ وچ کیا کی جاندا ہے, اگر اس ترجمہ آ جائے ایک ہندو دوست نو, ایک سکھ دوست نو, ایک عیسائی دوست نو, وہ کدی برا کہے گا کہ رات نو 3 بجے اٹھ کے لاؤڈ سپیکر تے شور مچا دیندے نے, ہر کی کردے نے, تہانوں انسانیت دی حقیقت دسی جاندی ہے. میں گواہی دے دینا دینا ہے کہ رب ہی ہے, اُدھر نال ہور کوئی شریک نہیں. میں بھی گواہی دینا ہے کہ حضرت محمد مصطفیٰ صلی اللہ علیہ وسلم پرماتما کی طرف آئے, رب نے انہوں نے بھیجا, انہوں نے اپنی مخلوق کے لیے بہترین چنگا نمونہ پیش کرنے کی طاقت دیتی. پھر آواز دینا ہے ایشور کر کے حیا علی الصلاح, کی مطلب ہے نماز کی طرف آ جاؤ, بھگتی کی طرف آ جاؤ, خدا دی یاد کرو. پھر دوجے پاسے منہ کر کے کہندا ہے حیا علی الصلاح, کی مطلب ہے کامیابی کی طرف آ جاؤ, یہ جڑی تعلیم دیتی ہے تھوڑی سراسر سے کامیابی کی تعلیم ہے. اللہ اکبر اللہ اکبر, اللہ سب تو بڑا ہے, اللہ سب تو بڑا ہے, لا الہ الا اللہ, اللہ دے سوا اور کوئی پرستش تے عبادت دے قابل نہیں. ہن اے ترجمہ میں تانوں سنایا ہے پنجابی زبان دے اندر عربی اذان دا, کوئی گل دے اندر ہے جڑی ایک دوسرے دے اندر نفرت پیدا کرن والی چیز ہے, قریب لیان دی چیز ہے. ساڑا ایک ہندو دوست اپنے مندر جانا ہے, ایک سکھ دوست اپنے گرودوارے جانا ہے, اتنے بھی شلوک ہوتے ہیں, اتنے بھی تعلیم دیتی جاتی ہے. کیا اس مندر کی تعلیم یہ کہا جا رہا ہے کہ مسلمان نال نفرت نہ کرو, نفرت کرو, یا گرودوارے جانے یہ تعلیم دیتی جا کہ میں تم دسیا اسلام کی اذان کے اندر بھی اور دوسرے مذہب کی گربانی جڑی پیش کی جاتی ہے, آپ اس بھائیچارے کو بیان کیا جاتا ہے. تو ضرورت اس چیز کی ہے کہ اسی ان گلوں یاد رکھیے اور اگے پھیلائیے. اگے پھیلانے کے نتیجے جڑی چیز ہوں, اگر اتنے 100 آدمی نے انہوں کے کنوں میں پی تو تھوڑی دیر کے بعد ہزاروں تک پہنچ جائے گی. یہی غرض ہے سارے جلسے وغیرہ کرن دی. حضرت مرزا صاحب نے جماعت دی جی بنیاد رکھی, وہ فرمایا میں اس لیے بھیجا گیا ہے کہ پرماتما نے اپنی مخلوق کو پیدا کیتا, لیکن مخلوق بعض دفعہ بھول جاتی ہے تو پرماتما دی یاد نہیں کرتی, دور چلی جاتی ہے. کیا کسی تسی دیکھا کہ پرماتما دی ہوا ہندو دے گھر جاندی ہے مسلمان دے گھر نہیں جاندی؟ کیا کدی تسی اے نظارہ دیکھا ہے کہ زمین دی دھرتی جڑی ہے وہ ہندو دے کھیت وچ یا سکھ دے کھیت وچ تے کنک پیدا کر دیندی ہے تو مسلمان دے کھیت وچ نہیں کردی؟ ایسا تو نہیں ہوندا, کوئی فرق نہیں کرتا. تو جن نے سانو پیدا کیتا ہے او دا عمل دیکھو, او دا طریق دیکھو, سب او دی مخلوق ہے, سب کا خیال رکھتا ہے. اور یہی چیز آپس میں سنوں قریب لیا موجب بن جاتی ہے, ایک دوجے نو سمجھن دے نتیجے, ایک دوسرے دی تعلیم نو پہچان دے نتیجے. تو اسی جماعت احمدیہ دی طرفوں اج دے دن وہی پیغام جو مرزا صاحب نے پہلے دن جماعت دی بنیاد رکھتے ہوئے دنیا کے سامنے پیش کیتی سی, اس کو یاد کرنے لئے سب تو پہلے مخاطب ایک احمدی ہے جنہوں نے بانی نے مرزا صاحب نے سنو والے تعلیم دیتی, اور پھر ہر دنیا دا وہ انسان جنہوں خدا نے عقل بدھی سمجھ دیتی ہے وہ سچی تعلیم نو یاد رکھے تاکہ پہنچائے. یہی ساری بینتی ہے اور دعا ہے. دنیا دیکھو کسی جگہ بھی تمہیں امن نظر آتا ہے؟
ਰੋਜ਼ ਦਾ ਅਖਬਾਰ ਕੱਢ ਕੇ ਦੇਖ ਲਓ। ਐਵੇਂ ਲੱਗਦਾ ਕਿ ਇਨਸਾਨ ਇਨਸਾਨ ਨਹੀਂ ਰਿਹਾ, ਹੈਵਾਨ ਬਲਕਿ ਹੈਵਾਨ ਤੋਂ ਵੀ ਜ਼ਿਆਦਾ ਗਿਰ ਗਿਆ ਹੈ। ਇਹ ਚੀਜ਼ ਇਸ ਲਈ ਪੈਦਾ ਹੋ ਜਾਂਦੀ ਹੈ ਕਿ ਆਦਮੀ ਸਮਝਦਾ ਹੈ ਕਿ ਖੁਦਾ ਨੇ ਮਨ ਉੱਚਾ ਬਣਾਇਆ, ਵੱਡਾ ਬਣਾਇਆ, ਦੂਜਿਆਂ ਨੂੰ ਨਹੀਂ ਬਣਾਇਆ। ਲੇਕਿਨ ਅਗਰ ਸਾਨੂੰ ਗੁਰੂਆਂ ਦੀ ਤਾਲੀਮ, ਰਿਸ਼ੀਆਂ ਮੁਨੀਆਂ ਦੀ ਤਾਲੀਮ, ਪੈਗੰਬਰਾਂ ਦੀ ਤਾਲੀਮ ਸਹੀ ਸਮਝ ਆ ਜਾਏ ਤਾਂ ਕਦੀ ਵੀ ਇਹ ਫਰਕ ਨਾ ਪੈਦਾ ਹੋਵੇ। ਇੱਕ ਦਫ਼ਾ ਈਸਾਈ ਮਜ਼ਹਬ ਦੇ ਬਾਨੀ ਹਜ਼ਰਤ ਈਸਾ ਅਲੈਹਿਸ ਸਲਾਮ ਇੱਕ ਜਗ੍ਹਾ ਤੋਂ ਗੁਜ਼ਰ ਰਹੇ ਸਨ। ਤੁਸੀਂ ਵੀ ਬੜੀ ਦਫ਼ਾ ਤੁਹਾਡੇ ਨਜ਼ਰ ਪਈ ਹੋਏਗੀ, ਸੜਕ 'ਤੇ ਜਾਂਦੇ ਜਾਂਦੇ ਟੱਕਰ ਮਾਰ ਜਾਂਦਾ, ਕੁੱਤਾ ਮਰਿਆ ਪੈ ਜਾਂਦਾ, ਜਿਸਮ ਫੁੱਲ ਜਾਂਦਾ ਹੈ, ਤੁਸੀਂ ਅੱਧੇ ਫਰਲਾਂਗ ਤੋਂ ਤੁਹਾਡੀ ਨੱਕ ਵਿੱਚ ਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਤੇਜ਼ੀ ਨਾਲ ਨੱਠ ਨੱਠ ਕੇ ਗੁਜ਼ਰ ਜਾਓਗੇ, ਉੱਥੇ ਠਹਿਰ ਨਹੀਂ ਸਕਦਾ, ਐਸੀ ਜਗ੍ਹਾ ਹੋ ਜਾਂਦੀ ਹੈ। ਲੇਕਿਨ ਲੋਕ ਗੁਜ਼ਰਦੇ ਕਹਿਣ ਲੱਗੇ ਕਿ ਦਿਨ ਜ਼ਿੰਦਾ ਵੀ ਗੰਦਾ ਜਾਨਵਰ ਸੀ ਅਤੇ ਮਰਨ ਦੇ ਬਾਅਦ ਵੀ ਕਿੰਨੀ ਤਕਲੀਫ ਦੇ ਰਿਹਾ ਹੈ। ਅਤੇ ਕਿਤਾਬਾਂ 'ਚ ਲਿਖਿਆ ਕਿ ਜੀਸਸ ਕ੍ਰਾਈਸਟ ਨੇ, ਹਜ਼ਰਤ ਈਸਾ ਅਲੈਹਿਸ ਸਲਾਮ ਨੇ ਫਰਮਾਇਆ ਕਿ ਦੇਖੋ ਕੁੱਤੇ ਦੇ ਦੰਦ ਬਿਲਕੁਲ ਚਿੱਟੇ ਹੁੰਦੇ ਨੇ, ਉਹਨੇ ਮੂੰਹ ਖੁੱਲਿਆ ਸੀ ਮਰੇ ਕੁੱਤੇ ਦਾ, ਤਾਂ ਆਪਣੇ ਫਰਮਾਇਆ ਇਸਕੇ ਦਾਂਤ ਦੇਖੋ ਕਿਤਨੇ ਮੋਤੀਓਂ ਕੀ ਤਰ੍ਹਾਂ ਚਮਕਤੇ। ਗੋਇਆ ਉਹਦੀ ਉਹ ਖੂਬੀ ਮਰਨ ਦੇ ਬਾਅਦ ਵੀ ਇੱਕ ਚੀਜ਼ ਇਨਸਾਨ ਦੀ ਖੂਬੀ ਨਜ਼ਰ ਆਉਂਦੀ ਹੈ, ਉਸ ਨੂੰ ਚੁਣ ਕੇ ਦੁਨੀਆਂ ਨੇ ਦੱਸਿਆ ਕਿ ਤੁਮ ਇਸਕੇ ਕਹਿ ਰਹੇ ਹੋ ਕਿ ਇਹ ਬੁਰਾ ਹੋ ਗਿਆ, ਫੂਲ ਗਿਆ, ਇਸ ਜਿਸਮ ਸੇ ਬੂ ਆ ਰਹੀ ਹੈ, ਇਹ ਨਹੀਂ ਦੇਖਦੇ ਕਿ ਇਸਕੇ ਮੋਤੀਓਂ ਸੇ ਵੀ ਬਿਹਤਰ ਸਾਫ਼ ਚਮਕਤੇ ਹੋਏ ਦਾਂਤ। ਅਤੇ ਅਸੀਂ ਅਗਰ ਆਪਣੀ ਜ਼ਿੰਦਗੀ ਦਾ ਅਸੂਲ ਇਹ ਬਣਾ ਲਈਏ ਕਿ ਆਪਣੇ ਭਾਈਆਂ ਵਿੱਚ, ਆਪਣੇ ਹਮਸਾਏ ਵਿੱਚ, ਆਪਣੇ ਤਲਕ ਵਾਲਿਆਂ ਵਿੱਚ ਖੂਬੀਆਂ ਦੇਖੀਏ, ਔਰ ਹਰ ਖੂਬੀ ਜਿਹੜੀ ਹੈ ਉਹ ਹਰੇਕ ਦੇ ਅੰਦਰ ਨਹੀਂ ਹੁੰਦੀ, ਕਿਸੇ ਦੇ ਅੰਦਰ ਕੋਈ ਖੂਬੀ ਹੋਏਗੀ, ਕਿਸੇ ਦੇ ਅੰਦਰ ਕੋਈ ਖੂਬੀ ਹੋਏਗੀ। ਮੇਰਾ ਤੁਹਾਡਾ ਕੰਮ ਕੀ ਹੈ ਕਿ ਅਕਲਮੰਦੀ ਦੀ ਗੱਲ, ਦਾਨਾਈ ਦੀ ਗੱਲ ਜਿੱਥੋਂ ਮੰਨ ਲਿਆ ਉਹ ਤੁਹਾਡੀ ਗੁੰਮਸ਼ੁਦਾ ਚੀਜ਼ ਹੈ। ਜਿਹੜੀ ਵੀ ਦੁਨੀਆਂ ਵਿੱਚ ਕਿਸੇ ਜਗ੍ਹਾ ਚਲੇ ਜਾਓ, ਤੁਹਾਨੂੰ ਚੰਗੀ ਤਾਲੀਮ ਮਿਲਦੀ ਹੈ, ਚੰਗੀ ਨਸੀਹਤ ਮਿਲਦੀ ਹੈ ਤੁਹਾਡੀ ਆਪਣੀ, ਉਹਨੂੰ ਨਜ਼ਰਅੰਦਾਜ਼ ਨਹੀਂ ਕਰਨਾ, ਹਕਾਰਤ ਨਾਲ ਨਹੀਂ ਦੇਖਣਾ, ਬਲਕਿ ਕਦਰ ਕਰਨੀ। ਅਤੇ ਮੇਰੀ ਅੱਜ ਦੇ ਦਿਨ ਆਪਣੇ ਉਹ ਤਮਾਮ ਮਹਿਮਾਨਾਂ ਨੂੰ, ਹਮਸਾਇਆਂ ਨੂੰ ਜਿਹੜੇ ਅੱਜ ਤਸ਼ਰੀਫ ਲਿਆਏ, ਔਰ ਬਹੁਤ ਹੀ ਕੀਮਤੀ ਵਕਤ ਦਿੱਤਾ। ਅੱਜ ਦੇ ਜ਼ਮਾਨੇ ਵਿੱਚ ਤਾਂ ਲੋਕ ਸਿਨੇਮਾ ਘਰਾਂ ਵਿੱਚ ਚਲੇ ਜਾਣਗੇ, ਦੂਜੀ ਅਯਾਸ਼ੀ ਦੀ ਚੀਜ਼ਾਂ ਨੇ ਉਹਦੇ ਵਿੱਚ ਮਸਰੂਫ ਹੋ ਜਾਣਗੇ, ਅੱਛੀ ਗੱਲਾਂ, ਦੀਨ ਦੀ ਗੱਲਾਂ, ਅੱਛੀ ਤਾਲੀਮ ਉਹਦੀ ਵਕਤ ਨਹੀਂ ਕੱਢ ਸਕਦੇ। ਅਸੀਂ ਜਮਾਤ ਅਹਿਮਦੀਆ ਮਮਨੂਨ ਹੈ, ਤੁਹਾਡਾ ਅਹਿਸਾਨ ਮੰਨਦੀ ਹੈ ਕਿ ਤੁਸੀਂ ਬੜਾ ਕੀਮਤੀ ਵਕਤ ਦੇ ਕੇ ਇੱਥੇ ਆਏ, ਬੜੀ ਤਵੱਜੋ ਨਾਲ ਜਮਾਤ ਅਹਿਮਦੀਆ ਦੀ ਤਾਲੀਮ ਨੂੰ ਸੁਣਿਆ, ਔਰ ਅਸੀਂ ਤਵੱਕਾ ਰੱਖਦੇ ਹਾਂ ਕਿ ਤੁਸੀਂ ਇਸ ਅੱਛੀ ਤਾਲੀਮ ਨੂੰ, ਜਿੱਦਾਂ ਕਿ ਅਸੀਂ ਜਮਾਤ ਅਹਿਮਦੀਆ ਤਰਫੋਂ ਹਰ ਸਾਲ ਹੀ ਐਸੇ ਜਲਸੇ ਕੀਤੇ ਜਾਂਦੇ ਨੇ, ਜਿਹਦੇ ਅਸੀਂ ਕ੍ਰਿਸ਼ਨ ਅਲੈਹ ਸਲਾਮ ਦੀ ਤਾਲੀਮ, ਰਾਮਚੰਦਰ ਜੀ ਤਾਲੀਮ, ਹਜ਼ਰਤ ਈਸਾ ਅਲੈਹਿਸ ਸਲਾਮ ਦੀ ਤਾਲੀਮ, ਹਜ਼ਰਤ ਬਾਬਾ ਨਾਨਕ ਰਹਿਮਤੁੱਲਾਹ ਅਲੈਹ ਦੀ ਤਾਲੀਮ, ਇਸੇ ਤਰ੍ਹਾਂ ਦੂਜੇ ਰਿਸ਼ੀਆਂ ਮੁਨੀਆਂ ਦੀ ਤਾਲੀਮ ਨੂੰ ਪੇਸ਼ ਕਰਨੇ ਆ, ਤਾਂ ਕਿ ਦੂਜਿਆਂ ਨੂੰ ਪਤਾ ਲੱਗ ਜਾਏ ਕਿ ਭਾਰਤ ਵਰਸ਼ ਦੇ ਅੰਦਰ ਜਾਂ ਦੁਨੀਆਂ ਦੇ ਅੰਦਰ ਖੁਦਾ ਦੇ ਇਹ ਲੋਕ ਜਿਹੜੇ ਸਨ, ਇਹ ਪਹੁੰਚੇ ਹੋਏ ਖੁਦਾ ਦੀ ਮਖਲੂਕ ਦੇ ਰਹਿਨੁਮਾ ਕਿੰਨੀ ਅੱਛੀ, ਕਿੰਨੀ ਆਲਾ ਤਾਲੀਮ ਦੁਨੀਆਂ 'ਚ ਲੈ ਕੇ ਆਏ ਸਨ। ਅਤੇ ਇਹੀ ਚੀਜ਼ ਹਰ ਅਹਿਮਦੀ ਆਪਣਾ ਫਰਜ਼ ਸਮਝਦਾ ਹੈ, ਅੱਜ ਉਸੀ ਫਰਜ਼ ਨੂੰ ਅਦਾ ਕਰਨ ਲਈ ਅਸੀਂ ਜਮ੍ਹਾਂ ਹੋਏ ਹਾਂ, ਔਰ ਤੁਹਾਡੇ ਮਮਨੂਨ ਹਾਂ, ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣਾ ਕੀਮਤੀ ਵਕਤ ਖਰਚ ਕੀਤਾ ਹੈ। ਮੇਰੀ ਤਮੰਨਾ ਹੈ, ਸਾਡੀ ਪ੍ਰਾਰਥਨਾ ਹੈ ਕਿ ਅੱਲਾਹ ਤਾਲਾ ਸਾਨੂੰ ਵੀ ਔਰ ਤੁਹਾਨੂੰ ਸਾਰਿਆਂ ਨੂੰ
ਰਿਸ਼ੀਆਂ ਮੁਨੀਆਂ ਦੀ ਜਿਹੜੀ ਸੱਚੀ ਤਾਲੀਮ ਹੈ ਉਹਨੂੰ ਯਾਦ ਰੱਖਣ ਦੀ ਔਰ ਉਹਦੇ ਮੁਤਾਬਿਕ ਅਮਲ ਕਰਨ ਦੀ ਤੌਫੀਕ ਅਤਾ ਫਰਮਾਵੇ।